ਸਾਰੇ ਹੀ ਸਿੱਖਿਆਰਥੀਆਂ ਨੂੰ ਮੋਹ ਭਿੱਜੀ ਸਤਿ ਸ੍ਰੀ ਅਕਾਲ। ਅੱਜ ਦੇ ਵੀਡੀਓ ਚਰਚਾ ਕਰਾਂਗੇ ਬੀ ਏ ਸਮੈਸਟਰ ਫਸਟ ਦੇ ਪ੍ਰਾਈਵੇਟ ਸਟੂਡੈਂਟਾਂ ਦੇ ਪੇਪਰ ਪੈਟਰਨ ਬਾਰੇ, ਇੰਟਰਨਲ ਨੰਬਰਾਂ ਦੇ ਬਾਰੇ ਅਤੇ ਹਿੰਦੀ ਅਤੇ ਅੰਗਰੇਜ਼ੀ ਦੇ ਪੇਪਰ ਦਾ ਪੈਟਰਨ ਕੀ ਹੋਵੇਗਾ, ਭਾਵੇਂ ਉਹ ਰੈਗੂਲਰ ਵਿਦਿਆਰਥੀ ਹੈ, ਪ੍ਰਾਈਵੇਟ ਵਿਦਿਆਰਥੀ ਹੈ, ਉਸ ਬਾਰੇ ਅਤੇ ਡਿਊ ਪੇਪਰਾਂ ਦੇ ਬਾਰੇ ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਪ੍ਰਾਈਵੇਟ ਸਟੂਡੈਂਟ, ਜਿਹੜੇ ਸਟੂਡੈਂਟ ਨੇ ਇਸ ਸਾਲ 12ਵੀਂ ਪਾਸ ਕੀਤੀ ਹੈ, ਹੋਰ ਉਹ ਘਰੇ ਪੜ੍ਹ ਕੇ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਦੇ ਅਧੀਨ ਕਿਸੇ ਵੀ ਕਾਲਜ ਦੇ ਵਿੱਚ ਉਹਨੇ ਪ੍ਰਾਈਵੇਟ ਫਾਰਮ ਭਰਿਆ ਹੈ, ਤਾਂ ਉਸ ਨੂੰ ਇਸ ਸਾਲ ਸਮੈਸਟਰ ਪ੍ਰਣਾਲੀ ਹੈ, ਉਸ ਨੂੰ ਫੇਸ ਕਰਨਾ ਪਵੇਗਾ। ਹੁਣ ਜਿਹੜਾ ਪ੍ਰਾਈਵੇਟ ਬੱਚਾ ਹੈ, ਉਹਦੇ ਪੇਪਰ ਦਾ ਪੈਟਰਨ, ਉਹਦਾ ਪਾਠਕ੍ਰਮ, ਉਹ ਸਾਰਾ ਕੁਛ ਸੇਮ ਰਹੇਗਾ ਜਿਹੜਾ ਕਿ ਆਪਣੀ ਯੂਨੀਵਰਸਿਟੀ ਦਾ ਰੈਗੂਲਰ ਦੇ ਵਿਦਿਆਰਥੀ ਲਈ ਪਾਠਕ੍ਰਮ ਹੈ। ਹੁਣ ਆਪਾਂ ਗੱਲ ਕਰੀਏ ਪੰਜਾਬੀ ਵਿਸ਼ੇ ਦੀ। ਪੰਜਾਬੀ ਵਿਸ਼ੇ ਦੇ ਵਿੱਚ ਪਾਠਕ੍ਰਮ ਸੰਬੰਧੀ, ਪੇਪਰ ਪੈਟਰਨ ਸੰਬੰਧੀ ਇਸ ਤੋਂ ਪਹਿਲਾਂ ਵੀਡੀਓ ਬਣਾ ਦਿੱਤੀ ਗਈ ਹੈ, ਤਾਂ ਤੁਸੀਂ ਉਹ ਵੀਡੀਓ ਵੇਖ ਸਕਦੇ ਹੋ। ਪ੍ਰਾਈਵੇਟ ਵਾਲਾ ਜਿਹੜਾ ਬੱਚਾ ਹੈ ਜਿਹਨੇ ਪੰਜਾਬੀ ਲਿੱਤੀ ਦੀ ਹੈ, ਉਹਦੇ ਲਈ ਉਹੀ ਸਿਸਟਮ ਹੈ, ਉਹੀ ਪਾਠਕ੍ਰਮ ਹੈ, ਸਭ ਕੁਝ ਉਹੀ ਹੈ, ਘਰੇ ਬਹਿ ਕੇ ਤੁਸੀਂ ਤਿਆਰੀ ਕਰਨੀ ਹੈ। ਇਸ ਸੰਬੰਧੀ ਆਪਣਾ ਜਿਹੜਾ ਯੂਟਿਊਬ ਚੈਨਲ ਹੈ ਉਹਦੀ ਪਲੇਲਿਸਟ ਦੇ ਵਿੱਚ ਬੀ ਏ ਸਮੈਸਟਰ ਫਸਟ ਦੀ ਪਲੇਲਿਸਟ ਜਾਓ, ਸਾਰੇ ਦਾ ਸਾਰਾ ਸਿਲੇਬਸ ਤੁਹਾਨੂੰ ਉੱਥੇ ਮਿਲ ਜਾਵੇਗਾ। ਔਰ ਆਪਣੀ ਕਿਤਾਬ ਹੈ ਜਿਹੜੀ, ਉਹ ਵੀ ਤੁਸੀਂ ਮਾਰਕੀਟ ਤੋਂ ਲੈ ਸਕਦੇ ਹੋ, ਉਹ ਤੁਹਾਨੂੰ ਮਿਲ ਜਾਏਗੀ। ਬਹੁ ਵਿਕਲਪੀ ਪ੍ਰਸ਼ਨਾਂ ਵਾਲੀ ਹੈ, ਸ਼ੋਰਟ ਨੋਟਸ ਵੀ ਹੈ, ਮਾਡਲ ਪੇਪਰ ਵੀ ਆ ਉਹਦੇ ਅੰਦਰ, ਉਹ ਕਾਫੀ ਲਾਹੇਵੰਦ ਰਹੇਗੀ ਤੁਹਾਡੇ ਲਈ। ਹੁਣ ਆਪਾਂ ਗੱਲ ਕਰੀਏ ਕਿ ਇਹਨਾਂ ਦੇ ਇੰਟਰਨਲ ਨੰਬਰ ਕਿੱਦਾਂ ਜੁੜਨਗੇ। ਜਿਸ ਬੱਚੇ ਨੇ ਪ੍ਰਾਈਵੇਟ ਫਾਰਮ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਅਧੀਨ ਭਰਿਆ, ਤਾਂ ਉਸ ਲਈ ਕੀ ਹੈ ਕਿ ਉਹਨੇ ਰੈਗੂਲਰ ਵਿਦਿਆਰਥੀਆਂ ਦੇ ਨਾਲ ਹੀ ਪੇਪਰ ਦੇਣਾ। 60 ਨੰਬਰ ਦਾ ਫਸਟ ਪੇਪਰ ਹੋਵੇਗਾ, 60 ਨੰਬਰ ਦਾ ਸੈਕਿੰਡ ਪੇਪਰ ਹੋਵੇਗਾ। ਖਾਸ ਤੌਰ 'ਤੇ ਪੰਜਾਬੀ ਦੀ ਗੱਲ ਕਰੀਏ, ਉਸ ਦੀ ਗੱਲ ਕਰਦੇ ਹਾਂ ਜਿਹੜੇ ਜਿਨ੍ਹਾਂ 'ਚ ਪ੍ਰੈਕਟੀਕਲ ਵਗੈਰਾ ਨਹੀਂ ਗਾ। ਅਤੇ ਮੰਨ ਲਓ ਕਿ ਕਿਸੇ ਬੱਚੇ ਦੇ 60 'ਚੋਂ 60 ਨੰਬਰ ਆ ਜਾਂਦੇ ਆ, ਤਾਂ ਉਹਨੂੰ ਇੰਟਰਨਲ ਦੇ 15 ਨੰਬਰ ਮਿਲ ਜਾਣਗੇ। ਆਹ ਜਿਹੜੇ ਇੰਟਰਨਲ ਦੇ ਨੰਬਰ ਮਿਲਣੇ ਹੈਗੇ ਆ, ਉਹ ਅਨੁਪਾਤਿਕ ਆਧਾਰ 'ਤੇ ਮਿਲਣੇ ਹੈਗੇ ਆ। ਜਿੰਨੇ ਤੁਹਾਡੇ ਨੰਬਰ ਲਿਖਤ ਪ੍ਰੀਖਿਆ 'ਚ ਆਉਣਗੇ, ਉਸੇ ਆਧਾਰ 'ਤੇ ਇੰਟਰਨਲ ਨੰਬਰ ਹੈ ਜਿਹੜੇ ਯੂਨੀਵਰਸਿਟੀ ਤੁਹਾਡੀ ਮਾਰਕਸ਼ੀਟ ਦੇ ਅੰਦਰ ਜੋੜ ਕੇ ਭੇਜ ਦੇਵੇਗੀ। ਦੋ ਪੇਪਰ ਹੋਣੇ ਆ, ਫਸਟ ਅਤੇ ਸੈਕਿੰਡ, ਔਰ ਉਹਨਾਂ ਦਾ ਜਿਹੜਾ ਟੋਟਲ, ਜੇ ਪੇਪਰ ਦੀ ਗੱਲ ਕਰੀਏ 150 ਨੰਬਰ ਹੈ, 120 ਨੰਬਰ ਦੇ ਪੇਪਰ ਹੈ, ਪੇਪਰ ਫਸਟ 60 ਨੰਬਰ ਦਾ, ਪੇਪਰ ਸੈਕਿੰਡ 60 ਨੰਬਰ ਦਾ। ਤਾਂ ਜਿੰਨੇ ਨੰਬਰ ਤੁਹਾਡੇ ਆਉਣਗੇ, ਉਸੇ ਦੇ ਅਨੁਪਾਤਿਕ ਆਧਾਰ ਦੇ ਉੱਤੇ ਨੰਬਰ ਤੁਹਾਡੇ ਜੁੜ ਜਾਣਗੇ। ਤੁਸੀਂ ਕਿਸੇ ਵੀ ਕਾਲਜ ਦੇ ਅੰਦਰ ਜਾ ਕੇ ਇੰਟਰਨਲ ਪੇਪਰ ਨਹੀਂ ਦੇਣਾ, ਤੁਸੀਂ ਸਮੈਸਟਰ ਫਸਟ ਦਾ ਜਿਹੜਾ ਪੇਪਰ ਹੋਵੇਗਾ, ਜਿਹੜੇ ਜਨਵਰੀ 'ਚ ਹੋਣੇ ਹੈ ਹਜੇ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ, ਅਤੇ ਉਹ ਪੇਪਰ ਦੇਣਾ ਹੈ ਬਹੁ ਵਿਕਲਪੀ। ਬਸ ਜਿੰਨੇ ਨੰਬਰ ਆਉਣਗੇ ਅਨੁਪਾਤਿਕ ਆਧਾਰ 'ਤੇ ਇੰਟਰਨਲ ਦੇ ਨੰਬਰ ਜੁੜ ਜਾਣਗੇ। ਹੁਣ ਆਪਾਂ ਗੱਲ ਕਰਦੇ ਹਾਂ ਕਿ ਬੀ ਏ ਸਮੈਸਟਰ ਫਸਟ 'ਚ ਹਿੰਦੀ ਅਤੇ ਅੰਗਰੇਜ਼ੀ ਜਿਹੜੇ ਹੈ, ਇਹ ਦੋ ਵਿਸ਼ਿਆਂ ਦੇ ਪੇਪਰ ਵੀ ਹੋਣਗੇ। ਹਿੰਦੀ ਅਤੇ ਅੰਗਰੇਜ਼ੀ ਹਰ ਬੱਚੇ ਨੇ ਆ ਪੇਪਰ ਦੇਣਾ ਜ਼ਰੂਰੀ ਤੌਰ 'ਤੇ। ਔਰ ਇਸ ਵਿੱਚ
ਕੋਈ ਇੰਟਰਨਲ ਨੰਬਰ ਨਹੀਂ ਹੈ ਔਰ ਇਹਦਾ ਪੈਟਰਨ ਵੀ ਅਲੱਗ ਹੈਗਾ। ਇਸ ਦਾ ਪੈਟਰਨ ਹੈ ਉਹੀ ਪੈਟਰਨ ਹੈ ਜਿਹੜਾ ਪਿਛਲੇ ਸਾਲਾਂ ਸੀਗਾ, ਅਤਿ ਲਘੂਤਰਾਤਮਕ, ਲਘੂਤਰਾਤਮਕ ਤੇ ਲਘੂ ਨਿਬੰਧਾਤਮਕ ਪ੍ਰਸ਼ਨ ਆਣਗੇ, ਯਾਨੀ ਕਿ ਲਿਖਣ ਵਾਲਾ ਕੰਮ ਹੋਵੇਗਾ। ਬਾਕੀ ਪੇਪਰਾਂ ਦੇ ਅੰਦਰ MCQ ਜਾਣਗੇ ਅਤੇ ਜਾਂ ਬਹੁ ਵਿਕਲਪੀ ਪ੍ਰਸ਼ਨ, ਬਹੁ ਚੋਣਵੇਂ ਪ੍ਰਸ਼ਨ ਆਣਗੇ, ਉਹਨਾਂ ਵਿੱਚੋਂ ਟਿਕ ਲਾਣਾ। OMR ਸੀਟ ਤੁਹਾਨੂੰ ਮਿਲੂਗੀ, 5 ਵਿਕਲਪ ਹੋਣਗੇ। ਪੰਜਵਾਂ ਵਿਕਲਪ ਬਈ ਮੈਂ ਪ੍ਰਸ਼ਨ ਛੱਡ ਰਿਹਾ, ਕੁਐਸਚਨ ਨੋਟ ਅਟੈਂਪਟ ਅਣਕੀਤਾ ਪ੍ਰਸ਼ਨ ਹੋਵੇਗਾ। ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦੂਜੀ ਵੀਡੀਓ 'ਚ ਹੈ, ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ। ਅਤੇ ਅਨਿਵਾਰਿਆ ਹਿੰਦੀ ਅੰਗਰੇਜ਼ੀ ਲਿਖਤ ਪ੍ਰੀਖਿਆ, ਕੋਈ ਇੰਟਰਨਲ ਨੰਬਰ ਨਹੀਂ। ਹੁਣ ਆਪਾਂ ਗੱਲ ਕਰੀਏ, ਅਗਰ ਕਿਸੇ ਬੱਚੇ ਦਾ ਪੇਪਰ ਡਿਊ ਰਹਿ ਜਾਂਦਾ ਹੈਗਾ, ਸਮੈਸਟਰ ਪ੍ਰਣਾਲੀ ਦੇ ਅਧੀਨ ਡਿਊ ਰਹਿ ਜਾਂਦਾ ਹੈ, ਤਾਂ ਉਸ ਬੱਚੇ ਦਾ ਪੇਪਰ ਹੈ ਜਿਹੜਾ ਇਹੀ, ਯਾਨੀ ਕਿ ਉਹ ਅਗਲੀ ਪ੍ਰੀਖਿਆ 'ਚ, ਉਹ ਅਗਲੇ ਸਮੈਸਟਰ ਚਲਾ ਜਾਊਗਾ। ਹੋਰ ਉਹਦਾ ਸਮੈਸਟਰ ਫਸਟ ਦੇ ਅੰਦਰ ਕੋਈ ਵੀ ਪੇਪਰ ਡਿਊ ਰਹਿੰਦਾ, ਜਦੋਂ ਵੀ ਆਗਾਮੀ ਪ੍ਰੀਖਿਆ ਹੋਵੇਗੀ ਉਹਦੇ ਵਿੱਚ BA ਸਮੈਸਟਰ ਫਸਟ 'ਚ ਜਿਹੜੀ ਪ੍ਰੀਖਿਆ ਹੋਵੇਗੀ ਉਸ ਦੇ ਨਾਲ ਤੁਸੀਂ ਉਹ ਪੇਪਰ ਦੇ ਦੇਣਾ। ਇਹ ਸੀਗੀ ਡਿਊ ਦੀ ਗੱਲ ਪਈ। ਡਿਊ ਅਗਰ ਹੋ ਵੀ ਜਾਂਦਾ ਤਾਂ ਆਗਾਮੀ ਜਦੋਂ ਵੀ ਇਸ ਤੋਂ ਬਾਅਦ ਅਗਲਾ ਜਦੋਂ ਵੀ BA ਸਮੈਸਟਰ ਫਸਟ ਦੀ ਪ੍ਰੀਖਿਆ ਹੋਵੇਗੀ ਉਦੋਂ ਤੁਸੀਂ ਉਹ ਡਿਊ ਪੇਪਰ ਹੈ ਦੇ ਸਕਦੇ ਹੋ। ਪਰੰਤੂ ਪਰਮਾਤਮਾ ਸਭ ਦੀ ਭਲੀ ਕਰੇ, ਡਿਊ ਪੇਪਰ ਵਗੈਰਾ ਇਸ ਤਰੀਕੇ ਦਾ ਕੋਈ ਕੰਮ ਕਿਸੇ ਨਾਲ ਨਾ ਹੋਵੇ। ਧੰਨਵਾਦ ਸਾਥੀਓ, ਜਾਣਕਾਰੀ ਖਾਸ ਸੀਗੀ ਅਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।